ਕਹਿੰਦੇ ਮੈਂ ਇੱਥੇ 8 ਵਾਰ ਆ ਚੁੱਕਿਆ ਹਰ ਵਾਰੀ ਰਿਫਿਊਜ਼ਲ ਦੇ ਡਾਕੂਮੈਂਟ ਲੈ ਕੇ ਗਿਆ ਹਾਂ ਮੰਮੀ ਲੱਗ ਜੋ ਸੱਸ ਸਹੁਰਾ ਛੱਡ ਕੇ ਜਾਣ ਦੀ ਖੁਸ਼ੀ ਕਿੰਨੀ ਹੁੰਦੀ ਹੈ ਬੰਦੇ ਨੂੰ ਹਾਂ ਚਾਹੀ ਨਹੀਂ ਕਹਿੰਦਾ ਉੱਡਦੀ ਫਿਰਦੀ ਆ ਦੇਖ ਕਰਾਉਣ ਜਾਣੀ ਹੈ ਕਹਿੰਦੀ ਗੁਰਦੁਆਰੇ ਜਾਂ ਪਹਿਲਾਂ ਬੋਲਿਆ ਕੁਛ ਨਹੀਂ ਦਿਖਿਆ ਇਹਦਾ ਮੂੰਹ ਚ ਹੀ ਉੱਡ ਗਿਆ ਇਹ ਤੋਂ ਬਾਅਦ ਤਾਂ ਹੁਣ ਜਹਾਜ਼ ਦੇ ਝੂਟੇ ਲੈਣੇ ਨੇ ਮੋਟਰਸਾਈਕਲ ਤੇ ਲੈ ਲਾ ਜਿੰਦੇ ਨੇ ਕਹਿੰਦੇ ਝੂਟਾ ਦੇ ਦੇਵਾਂ ਭਾਈ ਉਹ ਡੈਡੀ ਟਾਇਰ ਨਾ ਚੱਕ ਦੇ ਬਸ ਬਸ ਕੀ ਹੋ ਗਿਆ ਨਹੀਂ ਖੁਸ਼ਕਾ ਤੇ ਪਤਾ ਨਹੀਂ ਕਿ ਮਤਲਬ ਨਾ ਜਦ ਜਾਣਾ ਸੀ ਗਏ ਆ ਉਦੋਂ ਬਾਲੀ ਟੈਨਸ਼ਨ ਸੀਗੀ ਹਣਾ ਜੀ ਟੈਨਸ਼ਨ ਕਾਫੀ ਸੀ ਮੈਂ ਤਾਂ ਫੇਰ ਵੀ ਫਿਕਰ ਹੁੰਦਾ ਜੀ ਜਿੰਨਾ ਚਿਰ ਹਨਾ ਹੱਥ ਚਲੀ ਜੀ ਜਾਂਦੀ ਇਹ ਮੈਨੂੰ ਰਾਜ ਉਹ ਗੱਲ ਯਾਦ ਆਈ ਕਹਿੰਦੇ ਜਿੱਦਣ ਪੇਪਰ ਹੁੰਦਾ ਕਹਿੰਦੇ ਉਦੋਂ ਹੀ ਆ ਪਤਾ ਲੱਗਦਾ ਵੀ ਰਾਜ ਕਿੰਨੇ ਗੁਰਦੁਆਰਾ ਸਾਹਿਬ ਪੈਂਦੇ ਨੇ ਉਹ ਗੱਲ ਅਜੇ ਮੇਰੇ ਨਾਲ ਹੋਈ ਆਈ ਅੱਜ ਪਾਸਪੋਰਟ ਲੈਣ ਜਾਣਾ ਸੀ ਅੱਜ ਕਿੰਨੇ ਗੁਰਦੁਆਰਾ ਸਾਹਿਬ ਸੀਗੇ ਤਿੰਨ ਚਾਰ ਆਏ ਸੀਗੇ ਵਾਪਸੀ ਜੇ ਤਿੰਨ ਰਹਿ ਗਏ ਪਤਾ ਨਹੀਂ ਕੀ ਗੱਲ ਹੋਣੀ ਤੇ ਇੰਨੀ ਜ਼ਿਆਦਾ ਪਿਆਸ ਲੱਗੀ ਹੋਈ ਹੈਗੀ ਮੈਂ ਤਾਂ ਦੱਸ ਦੇਣਾ ਕਿਹੜੇ ਕਿਹੜੇ ਨੇ ਰਾਮਪੁਰ ਜੀ ਗਏ ਸੀਗੇ ਹਾਂਜੀ ਨਹੀਂ ਰਾਮਪੁਰ ਜੀ ਨਹੀਂ ਗਏ ਸੀ ਜੀ ਕਿੱਧਰ ਸੀਗੇ ਜੀ ਉਦਰਾਹੀ ਜੀ ਗਏ ਸੀਗੇ ਜੀ ਅੱਛਾ ਇੱਕ ਤਾਂ ਆਪਣਾ ਕਿਹਾ ਵੀ ਜਿਹੜਾ ਸ਼ਾਰਟਕਟ ਰਸਤਾ ਉਧਰ ਦੀ ਚੱਲੋ ਵੀ ਜੇ ਰਾਮਪੁਰ ਜੀ ਗਏ ਇੱਧਰ ਦੀ ਰੋਡ ਟੁੱਟਿਆ ਬਹੁਤ ਟਾਈਮ ਲੱਗ ਗਿਆ ਨਾ ਵੀ ਮੈਂ ਤਾਂ ਵੇਟ ਨਹੀਂ ਹੋ ਰਹੀ ਮੈਨੂੰ ਬਹੁਤ ਨਹੀਂ ਮੈਂ ਕਹਿੰਦਾ ਸੀ ਵੀ ਰਾਮਪੁਰ ਜੀ ਕਨੇਚੀ ਨਹੀਂ ਜੀ ਉਧਰ ਦੀ ਆ ਰਸਤਾ ਟੁੱਟਿਆ ਹੋਇਆ ਸੀ ਅੱਛਾ ਅੱਛਾ ਠੀਕ ਹੈ ਠੀਕ ਹੈ ਰਾਮਪੁਰ ਵਾਲਾ ਗਏ ਕਿੱਥੇ ਸੀਗੇ ਜੀ ਮੈਨੂੰ ਤਾਂ ਪਤਾ ਵੀ ਨਹੀਂ ਹੈਗਾ ਦੱਸੇ ਨੇ ਗਏ ਸੀਗੇ ਜੀ ਬੱਸ ਸਟੈਂਡ ਕੋਲੇ ਅੱਛਾ ਹਾਂਜੀ ਜਦ ਕਿਹਾ ਜੀ ਬੱਸ ਸਟੈਂਡ ਪਹੁੰਚ ਗਏ ਹਾਂਜੀ ਇਹ ਕਹਿੰਦੀ ਡੜੀ ਕੱਟ ਮੋੜਨਾ ਸੀਗਾ ਅੱਛਾ ਮੈਂ ਕਿਹਾ ਚੁੱਪ ਸਾਡਾ ਦਿਮਾਗ ਹੀ ਮੈਪ ਆ ਮੈਂ ਲੈ ਜਾ ਕੇ ਮੂਰੇ ਜੀ ਜਾ ਕੇ ਹੁੰਦਾ ਅਸ ਗਾ ਸੁਣ ਮੈਂ ਲੈ ਜਾ ਕੇ ਮੂਰੇ ਖੜਤਾ ਇਹ ਤਾਂ ਕਹਿੰਦੀ ਡੜੀ ਇਹਦੀ ਲੋਕੇਸ਼ਨ ਮਗਰ ਮੁੱਕੂਗੀ ਤੁਸੀਂ ਹੋਰ ਆ ਗਏ ਮੈਂ ਪੁੱਤ ਫੌਜੀ ਆਦਮੀ ਦਾ ਤਜਰਬਾ ਔਰ ਆਈਡੀਆ ਗਲਤ ਨਹੀਂ ਹੋ ਸਕਦਾ ਸਰ ਜੀ ਡੈਡੀ ਨੇ ਉੱਥੇ ਪਹੁੰਚੇ ਤੇ ਸਾਰਾ ਉਹਨਾਂ ਨੂੰ ਪਤਾ ਕੀ ਗਿਆ ਕਹਿੰਦੇ ਮੈਂ ਇੱਥੇ 8 ਵਾਰ ਆ ਚੁੱਕਿਆ ਹਰ ਵਾਰੀ ਰਿਫਿਊਜ਼ਲ ਦੇ ਡਾਕੂਮੈਂਟ ਲੈ ਕੇ ਗਿਆ ਹਾਂ ਮੰਮੀ ਲੱਗ ਜੋ ਖਾਲੀ ਪਾਸਵਰਡ ਮਿਲ ਜੇ ਬੋਲਦੀ ਤਾਂ ਰੋਣ ਲੱਗ ਗਈ ਜਾਂ ਨਿਕਲੀ ਭਾਈ ਮੈਂ 3-4 ਨਹੀਂ ਚੱਲ ਹੁਣ ਤਾਂ ਹੈਗਾ ਮੈਂ 3-4 ਕੇਰੀ ਗੋਡਾ ਫੜ ਕੇ ਦੇਖਿਆ ਵੀ ਹੈਗੀ ਵੀ ਆ ਜਿਹੜਾ ਵੀਜ਼ਾ ਨਾ ਆਉਣਾ ਇੱਕ ਜਿਹੜਾ ਰਿਫਿਊਜ਼ਲ ਆਉਣਾ ਉਹ ਬਹੁਤ ਔਖਾ ਹੁੰਦਾ ਜੀ ਇੱਕ ਦਾ ਜਦ ਇੱਧਰ ਦੇਖ ਕਿੰਨੀ ਵਾਰ ਕਿਹਾ ਮੈਂ ਕੁਰਬਾਨ ਨਹੀਂ ਜਾਨ ਸਾਰੀ ਹਜੇ ਡਾਕੂਮੈਂਟ ਮਿਲਿਆ ਨਹੀਂ ਸੀਗਾ ਪਹਿਲਾਂ ਡਰਾ ਪਹੁੰਚ ਵੀ ਸਰ ਉਹਨਾਂ ਨੂੰ ਵੀ ਕਹਿੰਦੇ ਉਹ ਕਹਿੰਦੇ ਜੀ ਤੁਸੀਂ 8 ਵਾਰੀ ਆ ਕੇ ਗਿਆ ਰਿਫਿਊਜ਼ਲ ਦੇ ਡਾਕੂਮੈਂਟ ਤੁਹਾਡਾ ਵੀ ਮੈਂ ਨਹੀਂ ਮੇਰਾ ਨਹੀਂ ਮੈਂ ਤਾਂ ਨਾਲ ਆਇਆ ਮੈਂ ਹੁਣ ਆਉਣਾ ਛੱਡਤਾ ਕਹਿੰਦਾ ਕਿਉਂ ਮੈਂ ਤੁਸੀਂ ਮੇਰਾ 8 ਗਰੀ ਰਿਫਿਊਜ਼ਲ ਵਾ ਇਹ ਬਲੈੜੀ ਦੇ ਪਹਿਲੀਆਂ ਚ ਲੱਗੇ ਹੋਏ ਨੇ ਪਹਿਲੀਆਂ ਚ ਜਦ ਗੱਲ ਸੁਣ ਜਦ ਤੱਕ ਕਾਲੀ ਦਾੜੀ ਕੱਟਵੀਆਂ ਹੀਰੋ ਸੀਗੇ ਸਰ ਮੈਂ ਸੋਚਿਆ ਵੀ ਹੁਣ ਡੈਡੀ ਨੂੰ ਕੀ ਕਹਾਂ ਵੀ ਪਹੁੰਚਦੇ ਸਾਰੀ ਗੱਲ ਨੈਗੇਟਿਵ ਨਾ ਸੋਟਾ ਬਾਹਰ ਪੁੱਤ ਜਿਹੜੀ ਚੀਜ਼ ਕਿਸੇ ਚੀਜ਼ ਪਾਤੀ ਆਪਾਂ ਨੇ ਉਹ ਤਾਂ ਪਤਾ ਹੀ ਆ ਚੇਂਜ ਨਹੀਂ ਹੋ ਸਕਦੀ ਮੈਨੂੰ ਵੀ ਪੁੱਛੀ ਜਾਂਦੀ ਹੁੰਦੀ ਸੀ ਰੋਜ਼ ਇੰਟਰਨੈਟ ਤੇ ਵੀਡੀਓ ਦੇਖ ਦੇਖ ਕੇ ਲੋਕਾਂ ਦੀਆਂ ਐ ਹੋ ਜਾਊਗਾ ਮੈਂ ਕਹਿਣਾ ਹੀ ਛੱਡਦਾ ਮੈਂ ਕਿ ਮੈਨੂੰ ਤਾਂ ਆਪ ਨਹੀਂ ਪਤਾ ਹੈ ਮਿੱਠਾ ਕਰਨ ਯਾਰ ਗਲਤ ਗੱਲ ਨਮਕੀਨ ਇਸ਼ਨਾਨ ਕਰਕੇ ਕੱਪੜੇ ਪਾ ਕੇ ਸਵੇਰੇ ਜਾਵਾਂਗੇ ਸਵੇਰੇ ਮੱਥਾ ਸ਼ਾਂਤੀ ਸ਼ਾਂਤੀ ਜਾਵਾਂਗੇ ਸਵੇਰੇ ਸਵੇਰੇ ਵਧੀਆ ਹੁੰਦਾ ਸਵੇਰੇ ਜੀ ਲੱਗਦਾ ਸਵੇਰੇ ਜਾਵਾਂਗੇ ਮੈਂ ਤਾਂ ਤੇਰਾ ਪਾਸਪੋਰਟ ਵੀ ਸਵੇਰੀ ਲੈਣ ਜਾਣਾ ਸੀ ਉਹਦਾ ਡੈਡੀ ਚਲੀ ਗਏ ਮੈਂ ਤਾਂ ਕਹਿ ਰਿਹਾ ਸੀ ਕੱਲ ਚੱਲ ਕਿੰਨੀ ਖੁਸ਼ੀ ਆ ਦੱਸ ਪਹਿਲਾਂ ਜਦ ਗਿਆ ਨਾ
ਜਦ ਪਹਿਲਾਂ ਬੋਲਿਆ ਕੁਛ ਨਹੀਂ ਦਿਖਿਆ ਇਹਦਾ ਮੂੰਹ ਚ ਉੱਡ ਗਿਆ ਇਹ ਫੇਰ ਇਹਨੇ ਦੇਖਿਆ ਇੱਕ ਕਰਕੇ ਰਾਜਦੀਪ ਨੂੰ ਨੀ ਬਾਹਲੀ ਖੁਸ਼ੀ ਰਾਜਦੀਪ ਨੂੰ ਨੀ ਬਾਹਲੀ ਖੁਸ਼ੀ ਰਾਜਦੀਪ ਸੈਡ ਆਈ ਵੀ ਭਾਬੀ ਨੇ ਚਲੇ ਜਾਣਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਦੇਖੋ ਪਿੰਡ ਸੱਸ ਸਹੁਰਾ ਛੱਡ ਕੇ ਜਾਣ ਦੀ ਖੁਸ਼ੀ ਕਿੰਨੀ ਹੁੰਦੀ ਆ ਬੰਦੇ ਨੂੰ ਕਹਿੰਦਾ ਉੱਡਦੀ ਫਿਰਦੀ ਆ ਦੇ ਕਰਾਉਣ ਜਾਣੀ ਕਹਿੰਦੀ ਗੁਰਦੁਆਰੇ ਕੋਈ ਨੀ ਇੰਨੇ ਸਫ਼ਰ ਦੁਖਣ ਲੱਗ ਗਈ ਉਹ 12,000 ਕਿਲੋਮੀਟਰ ਦਾ ਸਫ਼ਰ ਹੁੰਦਾ ਜਹਾਜ਼ ਰਾਜਦੀਪ ਚੱਲ ਰਾਜਦੀਪ ਬਾਹਲੀ ਸਾਈਡ ਜਾਓਗੇ ਕੋਈ ਨੀ ਹਲ ਤਾਂ ਹੋ ਰਹੀ ਆ ਮੈਂ ਚਲੋ ਚੱਲੀ ਅੰਦਰ ਗਰਮੀ ਬਹੁਤ ਹੋ ਗਈ ਪੈਸਾ ਨੀ ਛੱਡਣਾ ਕਿਸੇ ਪਾਸੇ ਮੈਂ ਕਿਹਾ ਜੀ ਆਹ ਗੱਲ ਚਲੋ ਚੱਲੇ ਅੰਦਰ ਗਰਮੀ ਬਹੁਤ